ਜੈ ਸ਼੍ਰੀ ਰਾਮ। ਭਾਰਤ ਮਾਤਾ ਦੀ ਜੈ। ਅੱਜ ਠੱਗ ਜਿਹੜਾ ਇਨਸਾਫ ਮੋਰਚਾ ਜਾਂ ਮੋਹਾਲੀ ਵਿਖੇ ਲੱਗਿਆ ਹੋਇਆ ਹੈ, ਉਸਨੇ 3 ਘੰਟੇ ਲਈ ਜ਼ਬਰਦਸਤੀ ਟੋਲ ਪਲਾਜ਼ੇ ਬੰਦ ਕਰਾਏ ਨੇ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਵਾਂ, ਇਹ ਇਨਸਾਫ ਮੋਰਚੇ ਦੀ ਦੇਣ ਕੀ ਆ? ਜਗਤਾਰ ਸਿੰਘ ਹਵਾਲਾ ਕੌਣ ਆ? ਇਹ ਅੱਤਵਾਦੀ ਆ ਜਾਂ ਬਲਵੰਤ ਰਾਜੂਆਣ ਜਾਂ ਇਹਦੇ ਨਾਲ ਦੇ ਹੋਰ ਨੇ? ਇਹਨਾਂ ਇਹ ਜਿਹੜੇ ਠੱਗ ਇਨਸਾਫ ਮੋਰਚਾ ਨੂੰ ਮੈਂ ਪੁੱਛਣਾ ਚਾਹੁੰਦਾ ਵਾਂ, ਇਹਨਾਂ ਨੇ ਕੀ ਕੀਤਾ? ਕੋਈ ਗਲੀ ਮਹੱਲੇ ਦਾ ਵਿਅਕਤੀ ਸ਼ਹੀਦ ਨਹੀਂ ਕੀਤਾ? ਇਹਨਾਂ ਨੇ ਮੌਜੂਦਾ ਮੁੱਖ ਮੰਤਰੀ ਸਾਹਿਬ ਸ਼ਹੀਦ ਬੇਅੰਤ ਸਿੰਘ ਜੀ ਨੂੰ ਕੀਤਾ। ਮੈਂ ਠੱਗ ਇਨਸਾਫ ਮੋਰਚੇ ਨੂੰ ਕਹਿਣਾ ਚਾਹੁੰਦਾ ਵਾਂ, ਪਹਿਲਾਂ ਤੁਸੀਂ ਜਦੋਂ ਕਤਲ ਕਰਨਾ ਸੀ ਉਦੋਂ ਰਾਇ ਨਹੀਂ ਦਿੱਤੀ ਵੀ ਬੇਟਾ ਰੁਕ ਜਾਓ? ਉਦੋਂ 22-23-24 ਸਾਲ ਦੀ ਉਮਰ ਸੀ। ਹੁਣ ਤੁਸੀਂ 52 ਸਾਲ ਦੇ ਵਿੱਚ ਠੱਗ ਇਨਸਾਫ ਮੋਰਚਾ ਜਿਹੜਾ ਪਿਛਲੇ 6 ਜਨਵਰੀ ਤੋਂ ਲਾਇਆ 2023 ਤੋਂ, ਹੁਣ ਤੁਸੀਂ ਤਰਲੋ ਮੱਛੀ ਹੋਏ ਪਏ ਹੋ ਵੀ ਸਾਡੇ ਬੰਦੀ ਸਿੰਘ ਨਹੀਂ ਇਹ ਅੱਤਵਾਦੀ ਨੇ, ਰਿਹਾ ਕਰੋ ਰਿਹਾ ਕਰੋ, ਹਾਏ ਰਿਹਾ ਕਰੋ ਹਾਏ ਰਿਹਾ ਕਰੋ। ਇਸ ਕਰਕੇ ਪਹਿਲਾਂ ਕਤਲ ਕਰਨ ਤੋਂ ਪਹਿਲਾਂ ਇਹਨਾਂ ਨੂੰ ਸਿਖਾਉਣਾ ਸੀ, ਪਰ ਤੁਸੀਂ ਤੂਲ ਦੇ ਕੇ ਮੁੱਖ ਮੰਤਰੀ ਸਾਹਿਬ ਨੂੰ ਸ਼ਹੀਦ ਕਰਾਤਾ। ਇਹ ਬਹੁਤ ਹੀ ਮਾੜੀ ਗੱਲ ਕੀਤੀ ਆ ਤੁਸੀਂ। ਜਿਹੜਾ ਠੱਗ ਇਨਸਾਫ ਮੋਰਚਾ, ਮੈਂ ਇਹਨਾਂ ਨੂੰ ਕਹਿਣਾ ਵਾ ਤੁਹਾਡੀ ਇੱਕ ਨਹੀਂ ਚੱਲਣ ਦੇਵਾਂਗੇ, ਚਾਹੇ ਤੁਸੀਂ ਲੇਹੜੀਆਂ ਕੱਢ ਲਓ ਚਾਹੇ ਲੰਬੇ ਪੈ ਪੈ ਕੇ ਘੁੰਮੀ ਚੱਲੋ, ਤੁਹਾਡੀ ਇੱਕ ਨਹੀਂ ਚੱਲੂਗੀ। ਇਹ ਕੋਈ ਜਗਤਾਰ ਸਿੰਘ ਹਵਾਰਾ ਅੱਤਵਾਦੀ ਚਾਹੇ ਬਲਵੰਤ ਰਾਜੂਆਣਾ ਅੱਤਵਾਦੀ, ਇਹ ਰਿਹਾ ਨਹੀਂ ਹੋਣੇ ਚਾਹੀਦੇ, ਇਹ ਕਦੇ ਵੀ ਰਿਹਾ ਨਹੀਂ ਹੋਣੇ ਚਾਹੀਦੇ। ਇਹਨਾਂ ਨੂੰ ਤੁਰੰਤ ਫਾਂਸੀ ਦੇ ਦਿਓ, ਪੰਜਾਬ ਵਿੱਚ ਸੁੱਖ ਸ਼ਾਂਤੀ ਆਜੂ। ਟੋਲ ਪਲਾਜ਼ਾ ਬੰਦ ਕਰਨਾ ਕੀ ਹੋਜੂ? ਜਿਹੜੇ ਟੋਲ ਪਲਾਜ਼ਾ ਕੰਪਨੀਆਂ ਨੇ ਇੰਨੇ ਪੈਸੇ ਭਰੇ ਨੇ, ਸਰਕਾਰ ਨੇ ਤਾਂ ਕੋਈ ਬੰਦ ਨਹੀਂ ਕਰਾਇਆ, ਇਹ ਜ਼ਬਰਦਸਤੀ ਬੰਦ ਕਰਵਾ ਰਹੇ ਨੇ। ਅੱਜ ਪਬਲਿਕ ਨੂੰ ਤਾਂ ਚਲੋ ਮੰਨ ਲਿਆ ਵੀ 3 ਘੰਟੇ ਲਈ ਰਾਹਤ ਮਿਲ ਜੂਗੀ ਵੀ ਟੋਲ ਨਹੀਂ ਲੱਗੂਗਾ, ਕੱਲ ਨੂੰ ਕੀ ਕਰੋਗੇ, ਪਰਸੋਂ ਨੂੰ ਕੀ ਕਰੋਗੇ ਜਾਂ ਸ਼ਾਮ ਨੂੰ ਕੀ ਕਰੋਗੇ ਟੋਲ ਪਲਾਜ਼ੇ ਦੇ? ਜੋ ਸਰਕਾਰ ਦਾ ਨਿਯਮ ਆ ਸਰਕਾਰ ਦੇ ਨਾਲ ਚੱਲੋ। ਤੁਸੀਂ ਮਾਨਣੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨੇ ਕਿਹਾ ਬਲਵੰਤ ਰਾਜੂਆਣ ਦੀ ਪਟੀਸ਼ਨ ਤੇ ਲੋਕ ਸਭਾ ਵਿੱਚ ਬਿਆਨ ਦਿੱਤਾ ਏਡਾ ਵੱਡਾ ਵੀ ਉਹ ਆਪਣੀ ਗਲਤੀ ਦਾ ਮੰਨਦਾ ਨਹੀਂ ਪਿਆ, ਉਹਨੂੰ ਸ਼ਮਾ ਕਿਵੇਂ ਕਰਦੀ ਏ? ਜਗਤਾਰ ਸਿੰਘ ਹਵਾਰਾ ਉਹਦੀ ਗਲਤੀ ਮੰਨਦਾ? ਉਹ ਕਦੇ ਨੀ ਮੰਨੂਗਾ, ਇਹ ਕੁੱਤੇ ਦਾ ਬੀਜ ਆ, ਇਹ ਬਲਵੰਤ ਰਾਜੂਆਣਾ ਕੁੱਤੇ ਦਾ ਬੀਜ ਆ, ਇਹ ਕਦੇ ਵੀ ਮਾਫ਼ ਨਹੀਂ ਹੋਣੇ ਚਾਹੀਦੇ, ਇਹਨਾਂ ਨੂੰ ਤੁਰੰਤ ਫਾਂਸੀ ਹੋਣੀ ਚਾਹੀਦੀ ਆ। ਇਹ ਗੱਲਾਂ ਕਰਦਾ ਕੋਲ ਖੜ ਕੇ ਬਾਹਾਂ ਖੜੀਆਂ ਕਰਕੇ ਕੀ ਬੋਲਦਾ ਸੀ? ਖਾਲਿਸਤਾਨ ਦੀਆਂ ਗੱਲਾਂ ਅਸੀਂ ਝੁਕਾਂਗੇ ਨਹੀਂ। ਕਦੇ ਅਕਾਲੀ ਦਲ ਦਾ ਪਿੱਠੂ ਬਣ ਜਾਂਦਾ, ਕਦੇ ਕਦੇ ਦੀ ਭੈਣ ਕਮਲਦੀਪ ਕੌਰ ਕਰਦੀ ਆ, ਕਦੇ SGPC ਨਾਲ ਸਮਰਥਨ ਕਰਦੀ ਆ, SGPC ਨੂੰ 20,000 ਰੁਪਏ ਦੇ ਰਹੀ ਹੈ ਮਹੀਨਾ। ਇਹਨਾਂ ਕੁੱਤਿਆਂ ਬੰਦਿਆਂ ਨੂੰ ਕਾਹਦਾ ਬਾਤ ਦੇਣਾ? ਇਹ ਕੁੱਤੇ ਬੰਦੇ ਆ, ਇਹਨਾਂ ਨੂੰ ਕੋਈ ਲੋੜ ਨਹੀਂ। ਇਹਨਾਂ ਦੀ ਮਰੇ ਦੇ ਮਕਾਨ ਬਣਾ ਜਾਵੇ, ਮੈਂ ਇਹ ਕਹਿਣਾ ਚਾਹੁੰਦਾ ਵਾਂ। ਇਹ ਮਰੇ ਹੋਏ ਲੋਕ ਨੇ, ਮਰੇ ਹੋਏ ਜ਼ਮੀਨਾਂ ਦੇ ਲੋਕ ਨੇ। ਇਹ ਜਿਹੜਾ ਠੱਗ ਇਨਸਾਫ ਮੋਰਚਾ, ਇਹਨੂੰ ਬਾਹਰੋਂ ਫੰਡਿੰਗ ਆ ਰਹੀ ਆ, ਇਹਦੀ ਵੀ ਜਾਂਚ ਹੋਣੀ ਚਾਹੀਦੀ ਆ। ਇਹ ਲੋਕ ਕਦੇ ਵੀ ਕਿਸੇ ਸਕੇ ਨਹੀਂ ਹੋ ਸਕਦੇ। ਅਸੀਂ ਸਾਰੇ ਲੋਕ ਇੱਥੇ ਪੰਜਾਬ ਵਿੱਚ ਸੁੱਖ ਸ਼ਾਂਤੀ ਰਹਿਣਾ ਚਾਹੁੰਦੇ ਹਾਂ, ਹਿੰਦੂ ਮੁਸਲਿਮ ਸਿੱਖ ਇਸਾਈ ਜੈਨੀ ਮੋਦੀ। ਇਹ ਜਿਹੜੇ ਠੱਗ ਇਨਸਾਫ ਮੋਰਚੇ ਵਰਗਿਆਂ ਨੇ ਤਾਂ ਮੈਨੂੰ ਘਰੇ ਬੰਦ ਕਰਾਇਆ ਇਹਨਾਂ ਨੇ, ਇਹ ਠੱਗ ਇਨਸਾਫ ਮੋਰਚਾ ਹੈ। ਸਾਨੂੰ ਸਰਕਾਰ ਖੋਲੇ, ਇਹਨਾਂ ਦੀ ਨਾਸੀ ਧੂਹਾਂ ਲਿਆ ਦਿਆਂਗੇ, ਖਾਲਿਸਤਾਨ ਮੁਰਦਾਬਾਦ ਦਾ ਨਾਮ ਬਣਾਇਆ ਨਾ ਤੇਰੇ ਬਣੂਗਾ। ਉਹ ਜਗਤਾਰ ਹਵਾਰਿਆ ਤੂੰ ਸੁਣ ਲਾ, ਉਹ ਚੌਰਿਆ ਬਲਵੰਤ ਰਾਜੂਆਣਾ ਚੌਰਿਆ ਸੁਣ ਲਾ, ਤੇਰਾ ਖਾਲਿਸਤਾਨ ਕਦੇ ਨਹੀਂ ਬਣੂਗਾ, ਤੇਰਾ ਖਾਲਿਸਤਾਨ ਨਾ ਬਣਿਆ ਤੇਰੇ ਬਣ ਦਿੱਤਾ ਜਾਊਗਾ, ਜਿੰਨਾ ਮਰਜ਼ੀ ਜ਼ੋਰ ਲਾ ਲਾ।
ਤੈਨੂੰ ਕਹਿ ਰਿਹਾ ਨਹੀਂ ਹੋਣ ਦੇ ਮਾਵੇਂ, ਅਸੀਂ ਵੀ ਗੁਰੂ ਸਾਹਿਬ ਅੱਗੇ ਅਰਦਾਸਾਂ ਕਰਦੇ ਹਾਂ ਵੀ ਇਹ ਕਦੇ ਵੀ ਰਿਹਾ ਨਹੀਂ ਹੋਣੇ ਚਾਹੀਦੇ, ਇਹ ਜੇਲ੍ਹ ਵਿੱਚ ਹੀ ਮਰਨੇ ਚਾਹੀਦੇ, ਜੇਲ੍ਹ ਵਿੱਚ ਹੀ ਸਾਂਢੇ ਚਾਹੀਦੇ ਆ, ਜੇਲ੍ਹ ਚ ਇਹਨੇ ਨਰਕਾ ਟਿਕਟ ਮਿਲਣੀ ਚਾਹੀਦੀ ਆ। ਧੰਨਵਾਦ।